ਮੈਨੂੰ ਹੁਣ ਇਹ ਦੇਖਣਾ ਪਏਗਾ ਗੱਲ। ਦੇਖੋ ਮੁਲਜ਼ਮ ਪਹਿਲਾਂ ਆਪਣੀ ਫਸਟ ਚੋਇਸ ਹੁੰਦੀ ਹੈ ਮੁਲਜ਼ਮ ਦੀ ਕਿ ਆਪਣੀ ਗੁਨਾਹ ਨੂੰ ਛੁਪਾਵੇ, ਉਹ ਸਾਰੀ ਅਸੀਂ ਤਸਦੀਕ ਕਰਾਂਗੇ ਔਰ ਸਸਟੇਨਡ ਇੰਟਰੋਗੇਸ਼ਨ ਨਾਲ ਜੁਰਮਾਨ ਲੈ ਕੇ ਇਹਨਾਂ ਦੀ ਕੀਤੀ ਜਾਊਗੀ ਔਰ ਸਾਰੀ ਡਿਟੇਲ ਜਿਹੜੀ ਆ ਇਨਵੈਸਟੀਗੇਸ਼ਨ ਦੀ ਉਹ ਔਨ ਰਿਕਾਰਡ ਲਿਆਂਦਾ। ਵਿਹਲਾ ਹੀ ਹੈ ਜੀ ਬਿਲਕੁਲ, ਮਤਲਬ ਇਸੇ ਚੱਕਰ 'ਚ ਹੀ। ਦੇਖੋ ਜਿਹੜਾ ਬੰਦਾ ਜਾ ਕੇ ਇੱਕ ਹਾਊਸ ਰਾਤ ਨੂੰ ਟ੍ਰੈਸਪਾਸ ਕਰਕੇ ਉੱਥੇ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੰਦਾ ਰੋਬਰੀ ਦੇ ਮੋਟਿਵ ਨਾਲ, ਮਤਲਬ ਤੁਸੀਂ ਸਮਝ ਹੀ ਸਕਦੇ ਹੋ ਵੀ ਉਹ ਬੰਦਾ ਜੇ ਕੰਮ ਹੀ ਕਰਦਾ ਹੁੰਦਾ ਤਾਂ ਉਹ ਕੀ, ਮਤਲਬ ਇਹੀ ਇੱਕ ਇਸ਼ੂ ਤਾਂ ਹੈ ਹੀ ਹੈ। ਅਜੇ ਨਹੀਂ ਆਇਆ ਕੋਈ ਇਹੋ ਜਿਹਾ ਸਾਹਮਣੇ ਜੀ। ਥੈਂਕ ਯੂ ਜੀ। ਨਹੀਂ ਕੈਸ਼ ਵੈਲਿਊਬਲਸ ਤਾਂ ਹੋਰ ਵੀ ਬਹੁਤ ਪਏ ਸੀ, ਇਹ ਤਾਂ ਰੌਲਾ ਪੈਣ ਕਰਕੇ ਮੈਂ ਤੁਹਾਨੂੰ ਦੱਸਿਆ ਜਿਹੜੀ ਚੀਜ਼ ਮਿਲੀ ਉਹ 8000 ਬਰਾਮਦ ਵੀ ਹੋ ਗਿਆ, ਬਾਕੀ ਇਹ ਸਮਾਨ ਸਾਰਾ ਜਿਹੜਾ ਹਾਊਸ ਬ੍ਰੇਕਿੰਗ ਇੰਪਲੀਮੈਂਟਸ ਨੇ ਜਾਂ ਕ੍ਰਾਈਮ ਦੇ ਵਿੱਚ ਯੂਜ਼ ਵਾਲੀ ਨਾਈਫ ਹੈ ਉਹ ਸਾਰਾ ਕੁਛ ਬਰਾਮਦ ਹੋ ਗਿਆ। ਮੋਬਾਈਲ ਫੋਨ ਲੈ ਕੇ ਸੀ ਸਰ, ਉਹ ਟਰੇਸ ਨਹੀਂ ਹੈ ਉਹ ਹੁਣ ਕਰ ਰਹੇ ਆ ਜੀ, ਉਹ ਇਹਨਾਂ ਨੇ ਦੱਸਿਆ ਕੁਛ ਉਹਦੇ ਬਾਰੇ, ਉਹ ਵੀ ਤੁਹਾਨੂੰ ਦੱਸਦੇ ਆ। ਇਹਨਾਂ ਦੇ ਆਪਣੇ ਆਪਣੇ ਘਰਾਂ ਤੋਂ ਜੀ, ਨਹੀਂ ਪੈਦਲ ਹੀ ਸੀ। ਪਾਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਅਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ, ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ। ਔਰ ਇਹ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ FIR ਨੰਬਰ 34 ਜਿਹੜੀ ਸੀਗੀ 379B ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕੀਤੀ। ਉਹਦੇ ਵਿੱਚ ਸਾਡੇ ACP ਨੌਰਥ ਵਰਿੰਦਰ ਖੋਸਾ ਨਾਲ ਇਹਨਾਂ ਦੇ SHO ਸਦਰ ਅਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ, ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਅਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਨ ਦਾ ਢੰਗ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਤੁਰੇ ਸਕੂਟਰੀ 'ਤੇ ਜਾ ਰਹੇ ਸੀਗੇ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮੈਨ ਹੈਂਡਲਿੰਗ ਕੀਤੀ ਗਈ ਸੀ, ਉਹਨਾਂ ਤੋਂ ਬਾਅਦ 'ਚ ਉਹਨਾਂ ਤੋਂ ਜਿਹੜਾ ਸੀਗਾ ਇਹ ਹੋਇਆ ਗਿਆ ਸੀਗਾ। ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ, ਸਾਡੇ ਇੱਕ ਮਾਣਯੋਗ ਕਮਿਸ਼ਨਰ ਸੀ ਅੰਮ੍ਰਿਤਸਰ ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਾਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮੱਜੂਪੁਰੇ ਦਾ ਥਾਣਾ ਝੰਡੇਰ ਦਾ ਅਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਿਡੌਣਾ ਪਿਸਤੌਲ, ਇੱਕ ਮੋਟਰਸਾਈਕਲ ਬਟੀਨਾ ਅਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਹੈਗੀ ਆ। ਔਰ ਇਹਦਾ ਇਹ ਬੰਦਿਆਂ ਦੇ ਔਲਰੇਡੀ ਪਹਿਲਾਂ ਜਿਹੜੇ ਹੈਗੇ ਆ 3 ਮੁਕੱਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ 'ਤੇ ਦਰਜ ਹੈਗੇ ਨੇ ਜੀ। ਇਸ ਤੋਂ ਇਲਾਵਾ ਇੱਕ ਅਗਲੇ ਕੇਸ ਜੀ ਜਿਹੜੀ ਹੈਗੀ ਹੈ 33 ਨੰਬਰ FIR ਸਰਤਾਜ ਪੈਲਸ ਦੇ ਲਾਗੇ ਖੋਹ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ, ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅੰਮ੍ਰਿਤਪਾਲ ਜਿਹੜਾ ਬੰਦਾ ਸੀਗਾ ਇਹਨੂੰ ਇਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਹੈ ਸਾਡੀ ਇੱਕ ਟਰੇਸ ਹੋ ਗਈ ਹੈ ਜੀ। ਇਹਨਾਂ ਦੇ ਗਰੋਚ ਹੋਰ ਵੀ ਮੈਂਬਰ ਜਾਂ ਦੋ ਜਿਹੜੇ ਨੇ, ਇਹ ਇੱਕ ਵਿਅਕਤੀ ਹੋਰ ਹੈਗਾ ਜਸਕਰਨ ਸਿੰਘ ਹੈਗਾ ਅਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜ ਲਏ ਗਏ ਅੰਮ੍ਰਿਤਪਾਲ ਅਤੇ ਯਾਦਵਿੰਦਰ ਸਿੰਘ। ਦੇਖੋ ਦੋ ਤੋਂ ਇਲਾਵਾ 3 ਤਾਂ ਆਲਰੇਡੀ ਇਹਨਾਂ 'ਤੇ ਪਹਿਲਾਂ ਮੁਕੱਦਮੇ ਦਰਜ ਹੈਗੇ ਨੇ, ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਜੀ। ਖੰਨਾ ਪੇਪਰ ਮਿਲ ਲਾ ਕੇ ਕਾਫੀ ਵੀਡੀਓ ਵਾਇਰਲ ਹੋਈ ਸੀ, ਅਖਬਾਰ 'ਚ ਵੀ ਕਾਫੀ ਲੱਗੇ ਸੀ, ਬਜ਼ੁਰਗ ਆਦਮੀ ਜਾ ਰਹੇ ਸੀਗੇ ਜਿਹੜੇ ਜਿਹਨਾਂ ਦੀ ਐਕਟਿਵਾ ਰੋਕ ਕੇ ਕੀਤੀ ਗਈ ਸੀ। ਨਹੀਂ ਡਰੱਗ ਐਡਿਕਟ ਨਹੀਂ ਹੈਗੇ ਪਰ ਇਹਨਾਂ ਦੇ ਲੁੱਟਾਂ ਖੋਹਾਂ ਦੇ ਪਰਚੇ ਹੈਗੇ ਇਹਨਾਂ ਦੀ ਜਿਹੜੀ ਹੈਗੀ ਆ ਅਪਰੋਕਸੀਮੇਟਲੀ 20-25 ਸਾਲ ਦੀ ਉਮਰ। ਹਾਂਜੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਹਲੇ ਹੀ ਹੈਗੇ ਨੇ ਜੀ, ਇਹ ਵੀ ਪਿੰਡ ਦੇ ਵਿੱਚ ਵਿਹਲੇ ਹੀ ਹੈਗੇ ਨੇ, ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀਦਾਰੀ ਦਾ। ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ, ਬਾਕੀ ਇਹਨਾਂ ਦਾ ਪਤਾ ਕਰਕੇ ਕਰ ਲਾਂਗੇ।